ਜੁਮਲੇ ਦਰ ਜੁਮਲੇ ਤੇ ਇਹ ਕਿਹੋ ਜਿਹੇ ਹੋ ਗਏ ਫੁਮਲੇ, ਲੋਕੀ ਹੋ ਗਏ ਰਮਲੇ ਜਾਂ ਕਮਲੇ, ਇਹ ਤੁਸੀਂ ਦੇਖ ਲਓ। ਭਗਵੰਤ ਮਾਨ ਜੀ ਦੀ ਸਰਕਾਰ ਦੋਤਲ ਪਹਿਲਾਂ ਆ ਗਈ ਸੀ ਅਤੇ ਦੋਤਲ ਤੋਂ ਉੱਤੇ ਹੋ ਗਏ ਨੇ, ਅਤੇ ਭਗਵੰਤ ਮਾਨ ਜੀ ਨੇ ਇਹ ਕਹਿਤਾ ਸੀ ਇੰਨੀਆਂ ਨੌਕਰੀਆਂ ਪੰਜਾਬ ਵਿੱਚ ਹੋ ਜਾਣਗੀਆਂ ਕਿ ਵਿਦੇਸ਼ਾਂ ਵਿੱਚ ਗਏ ਪੰਜਾਬੀ ਆ ਕੇ ਇੱਥੇ ਨੌਕਰੀਆਂ ਕਰਨਗੇ ਅਤੇ ਗੋਰੇ ਵੀ ਆ ਕੇ ਪੰਜਾਬੀ ਨੌਕਰੀਆਂ ਮੰਗਣਗੇ, ਜੇ ਮੈਂ ਭੁੱਲਦਾ ਨਹੀਂ ਤਾਂ। ਜੇ ਕੋਈ ਕਰੈਕਸ਼ਨ ਹੈ ਮੇਰੀ ਇਸ ਗੱਲ ਦੇ ਵਿੱਚ ਤਾਂ ਜ਼ਰੂਰ ਦਿਓ ਦੱਸ, ਅਤੇ ਕਮਰ ਲਿਓ ਕੱਸ। ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣਾ, ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਪ੍ਰਸਤ ਕੇਜਰੀਵਾਲ ਪੰਜਾਬ ਦੇ ਕਿੰਨੇ ਅਦਾਰਿਆਂ ਦੇ ਵਿੱਚ ਪੰਜਾਬ ਦੇ ਓਰਿਜਨਲ ਲੋਕ, ਪੰਜਾਬ ਦੇ ਅਸਲੀ ਲੋਕ ਨੌਕਰੀਆਂ 'ਤੇ ਲਗਾਏ ਨੇ। ਇਹਦੀਆਂ ਦੋ ਤਿੰਨ ਮਿਸਾਲਾਂ ਤੁਹਾਡੇ ਨਾਲ ਕਰਨੀਆਂ ਸਾਂਝੀਆਂ। ਅਸੀਂ 30,000 ਤੋਂ ਉੱਤੇ ਨੌਕਰੀਆਂ ਦੇ ਦਿੱਤੀਆਂ, ਜ਼ਰੂਰ ਦਿੱਤੀਆਂ। ਕਿਹੜਾ ਡਿਪਾਰਟਮੈਂਟ ਐਸਾ ਹੈ ਜਿਹਦੇ ਵਿੱਚ ਤੁਸੀਂ ਸਿਰਫ ਅਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਕੰਸਿਡਰ ਕੀਤਾ ਅਤੇ ਜਿਹੜੀਆਂ ਸਟੇਟਾਂ ਬਾਹਰ ਦੀਆਂ ਨੇ ਉਹਨਾਂ ਦੇ ਲੋਕਾਂ ਨੂੰ ਕਿਵੇਂ ਕੀਤਾ ਇੰਡਕਟ? ਪਹਿਲਾ ਆਫਿਸ ਲੈ ਲਓ ਤੁਸੀਂ ਐਡਵੋਕੇਟ ਜਨਰਲ ਪੰਜਾਬ ਦਾ, ਜਿਹਦੇ ਵਿੱਚ ਹਰਿਆਣਾ ਦੇ ਵਿੱਚੋਂ, ਯੂਪੀ ਦੇ ਵਿੱਚੋਂ ਅਤੇ ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਜਿਹੜੇ ਨੇ ਲਾਅ ਆਫਿਸਰ ਭਰਤੀ ਕਰ ਦਿੱਤੇ ਹਨ, ਜਿਨ੍ਹਾਂ ਨੂੰ ਪੰਜਾਬੀ ਦਾ ਹੀ ਸਮਝ ਨਹੀਂ, ਪੰਜਾਬੀ ਦੀ ਸੱਭਿਆਚਾਰ ਦੀ ਸਮਝ ਨਹੀਂ, ਪੰਜਾਬੀ ਦੀ ਸੋਚ ਦੀ ਸਮਝ ਨਹੀਂ, ਪੰਜਾਬੀ ਦੀ ਪਹਿਚਾਣ ਨਹੀਂ, ਪੰਜਾਬੀ ਪੜ੍ਹਨੀ ਲਿਖਣੀ ਨਹੀਂ ਜਾਣਦੇ, ਪੰਜਾਬੀ ਕੁਝ ਕਰਨੀ ਨਹੀਂ ਜਾਣਦੇ ਉਹਦੀ, ਅਤੇ ਇੱਕ ਭਰਤੀ ਹੋਈ ਹੈ ਵਟੈਂਟੀ ਜਿਹੜਾ ਡਿਪਾਰਟਮੈਂਟ ਉਹਦੇ ਵਿੱਚ, ਅਤੇ ਉਹਦੇ ਵਿੱਚ ਵੀ 60% ਲੋਕ ਜਿਹੜੇ ਨੇ ਬਾਹਰੋਂ ਲਿਆ ਕੇ ਰਾਜਸਥਾਨ ਤੋਂ ਅਤੇ ਹਰਿਆਣਾ ਤੋਂ ਅਤੇ ਕਈ ਹੋਰ ਜਗ੍ਹਾ ਤੋਂ ਉਹਦੇ ਵਿੱਚ ਭਰਤੀ ਕਰ ਦਿੱਤੇ ਨੇ। ਅਤੇ ਫਿਰ ਅੱਗੇ ਥੋੜ੍ਹੀ ਜਿਹੀ ਗੱਲ ਕਰ ਲਈਏ, ਕਿਹੜਾ ਮਹਿਕਮਾ ਐਸਾ ਹੈ ਜਿਹਦੇ ਵਿੱਚ ਭਗਵੰਤ ਮਾਨ ਜੀ ਨੇ ਸਿਰਫ ਅਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਤਰਜੀਹ ਦਿੱਤੀ ਹੈ? ਅੱਜ ਜੇ ਤੁਸੀਂ ਦੇਖ ਲਓ ਮਾਨਯੋਗ ਹਾਈਕੋਰਟ ਦੇ ਵਿੱਚ ਘੱਟੋ ਘੱਟ 60% ਲੋਕ ਜਿਹੜੇ ਨੇ ਬਾਹਰ ਦੇ ਨੇ, ਨਾ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ 60% ਦੇ ਮੁਤਾਬਕ ਅਨੁਪਾਤ ਮਿਲਿਆ ਅਤੇ ਨਾ ਹਰਿਆਣਾ ਦੇ ਲੋਕਾਂ ਨੂੰ 40% ਦੇ ਮੁਤਾਬਕ ਮਿਲਿਆ, ਅਤੇ ਹਰਿਆਣਾ ਵੀ ਪੰਜਾਬ ਦੇ ਲੋਕਾਂ ਦੀ ਤਰਜ਼ 'ਤੇ ਵਿਦੇਸ਼ਾਂ ਦਾ ਰੁਖ ਕਰ ਗਿਆ, ਅਤੇ ਸਾਡੀ ਸਰਕਾਰ ਸੁੱਤੀ ਰਹਿ ਗਈ, ਭਾਵੇਂ ਉਹ ਹਰਿਆਣਾ ਦੀ ਹੈ ਅਤੇ ਭਾਵੇਂ ਉਹ ਪੰਜਾਬ ਦੀ ਹੈ। ਤੁਸੀਂ ਇਹ ਦੇਖੋ, ਹੋਰ ਗੱਲ ਕਰ ਲਓ ਥੋੜ੍ਹੀ ਜਿਹੀ ਅੱਗੇ ਚੱਲ ਲਓ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦੇ ਵਿੱਚ ਜੇ 60% ਨਫਰੀ ਪੰਜਾਬ ਦੀ ਨਹੀਂ, ਪੰਜਾਬ ਦੀ ਆਵਾਜ਼ ਨਹੀਂ ਉਠਾਈ ਭਗਵੰਤ ਮਾਨ ਜੀ ਨੇ, ਤਾਂ ਫਿਰ ਇੱਧਰ ਤਵੱਜੋਂ ਦਵਾਉਣੀ ਇਸ ਵੀਡੀਓ ਦੇ ਰਾਹੀਂ ਮੇਰਾ ਫਰਜ਼ ਹੈ ਜਾਂ ਨਹੀਂ? ਇਹ ਅਸੈਸੀਨੇਸ਼ਨ ਔਫ ਪੰਜਾਬ ਅਤੇ ਪੰਜਾਬੀਅਤ ਨਹੀਂ ਹੋ ਰਹੀ? ਹੋਰ ਸੁਣ ਲਓ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿੰਨਾ ਹਰਿਆਣਾ ਅਤੇ ਹਿਮਾਚਲ ਅਤੇ ਪੰਜਾਬ ਦੇ ਲੋਕਾਂ ਦਾ ਅਨੁਪਾਤ ਹੈ, ਅਤੇ ਬਾਹਰਲੇ ਲੋਕ ਆ ਕੇ ਇੱਥੇ ਰੱਖ ਲਏ, ਇੱਕ ਨੂੰ ਨਫਰੀ ਮਿਲ ਗਈ ਅਤੇ ਉਹਨੇ ਆਪਣੇ ਪੰਜ ਰਿਸ਼ਤੇਦਾਰ ਨਫ਼ਰ ਕਰਾ ਦਿੱਤੇ, ਆਪਣਿਆਂ ਨੇ ਆਪਣਿਆਂ ਦਾ ਕਤਲ ਕੀਤਾ।
ਜਾਂ ਇਹ ਕੀ ਰਸਮ ਕੀਤਾ, ਇਹ ਤੁਸੀਂ ਦੇਖ ਲਓ, ਥੋੜ੍ਹਾ ਜਿਹਾ ਹੋਰ ਅੱਗੇ ਚੱਲ ਦਿਓ। ਕਿੰਨੇ ਅਦਾਰੇ ਗਨਾਵਾਂ ਐਸੇ ਪੀ ਜੀ ਆਈ ਦੇ ਵਿੱਚ ਘੱਟੋ ਘੱਟ ਜ਼ਿਆਦਾ ਨਹੀਂ ਤਾਂ 70% ਦੀ ਨਫ਼ਰੀ ਜਿਹੜੀ ਹੈ ਹਿਮਾਚਲ ਦੇ ਲੋਕਾਂ ਦੀ ਹੈ, ਅਤੇ ਅਦਾਰਾ ਪੀ ਜੀ ਆਈ ਜਿਹੜਾ ਹੈ ਉਹਦੇ ਵਿੱਚ ਪੰਜਾਬ ਅਤੇ ਹਰਿਆਣਾ ਦਾ ਅਨੁਪਾਤ ਕਿਉਂ ਨਹੀਂ? ਭਗਵੰਤ ਮਾਨ ਜੀ, ਤੁਹਾਡਾ ਇੱਧਰ ਧਿਆਨ ਨਹੀਂ ਗਿਆ। ਪੰਜਾਬ ਦੇ ਲੋਕਾਂ ਨੇ ਬਾਹਰੋਂ ਆਉਣਾ ਸੀ, ਗੋਰਿਆਂ ਨੇ ਨੌਕਰੀ ਮੰਗਣ ਆਉਣਾ ਸੀ ਇੱਥੇ, ਅਤੇ ਰਾਜਸਥਾਨ, ਬਿਹਾਰ ਤੋਂ, ਯੂਪੀ ਤੋਂ, ਕਈ ਹੋਰ ਜਗ੍ਹਾ ਤੋਂ ਆ ਗਏ ਲੋਕ ਜਿਨ੍ਹਾਂ ਨੂੰ ਤੁਸੀਂ ਨੌਕਰੀ ਦੇ ਦਿੱਤੀ, ਉਹ ਗੋਰੇ ਨੇ ਜਾਂ ਕੌਣ ਨੇ? ਇਹਦਾ ਤੁਸੀਂ ਜਵਾਬ ਨਹੀਂ ਦਿੱਤਾ ਅਜੇ ਤੱਕ, ਕੋਈ ਇਹਦਾ ਇਸ਼ਤਿਹਾਰ ਵੀ ਨਹੀਂ ਦਿੱਤਾ ਅਜੇ ਤੱਕ। ਕੀ ਗੱਲ ਹੋ ਗਈ, ਕੀ ਵਜ੍ਹਾ ਹੋ ਗਈ, ਐਸੀ ਕਿਸ ਤਰ੍ਹਾਂ ਦੀ ਜਿਹੜੀ ਸੋਚ ਸੀ, ਮਜਬੂਰੀ ਸੀ, ਜਿਹੜੀ ਇੱਕ ਕੈਦ ਦੀ ਵਿਵਸਥਾ ਵਿੱਚ ਜਾ ਕੇ ਪੈ ਗਈ? ਅਤੇ ਇਹਦੇ ਵਿੱਚ ਤੁਹਾਨੂੰ ਇੱਕ ਗੱਲ ਹੋਰ ਦੱਸਦਿਆਂ, ਚੰਡੀਗੜ੍ਹ ਯੂਟੀ ਪੁਲਿਸ ਦੇ ਵਿੱਚ ਪੰਜਾਬ ਦਾ 60% ਦਾ ਅਨੁਪਾਤ ਕਿਉਂ ਨਹੀਂ? ਭਗਵੰਤ ਮਾਨ ਜੀ, ਅੱਜ ਪੰਜਾਬ ਜਵਾਬ ਮੰਗਦਾ ਹੈ ਤੁਹਾਡੇ ਤੋਂ। ਅਤੇ ਪੰਜਾਬ ਦਾ ਹੱਕ ਜਿਹੜਾ ਉਹਨੂੰ ਲਿਕਵੀਡੇਟ ਕਰਨ ਦੀ ਖਾਤਰ, ਉਹਨੂੰ ਖਤਮ ਕਰਨ ਦੀ ਖਾਤਰ ਜੋ ਸਾਜਿਸ਼ਾਂ ਯੂਟੀ ਚੰਡੀਗੜ੍ਹ ਦੇ ਵਿੱਚ ਹੋ ਰਹੀਆਂ, ਤੁਹਾਡਾ ਕੀ ਯੋਗਦਾਨ ਹੈ ਜਾਂ ਸਹਿਯੋਗਦਾਨ ਹੈ? ਯੋਗਦਾਨ ਪੰਜਾਬ ਵਾਸਤੇ ਹੋਣਾ ਚਾਹੀਦਾ ਸੀ, ਪੰਜਾਬੀ ਵਾਸਤੇ ਹੋਣਾ ਸਹੀ ਚਾਹੀਦਾ ਸੀ, ਪੰਜਾਬ ਦੇ ਨੌਜਵਾਨਾਂ ਲਈ ਹੋਣਾ ਚਾਹੀਦਾ ਸੀ, ਜਾਂ ਕਿਸੇ ਹੋਰ ਕੰਮ ਲਈ ਹੋਣਾ ਚਾਹੀਦਾ ਸੀ? ਇਹ ਨਹੀਂ ਤੁਸੀਂ ਦੱਸਿਆ। ਜੁਮਲੇ ਤੁਸੀਂ ਬੜੇ ਮਾਰਦੇ ਹੋ, ਕਿਉਂਕਿ ਜੁਮਲਿਆਂ ਦੇ ਵਿੱਚ ਮੇਰਾ ਖਿਆਲ ਹੈ ਸ਼ਰਤ ਲੱਗ ਗਈ ਅੱਜ ਰਾਜਨੀਤਿਕ ਪਾਰਟੀਆਂ ਦੇ ਵਿੱਚ। ਮੈਂ ਕਿਸੇ ਪਾਰਟੀ ਦੀ ਫੇਵਰ ਨਹੀਂ ਕਰ ਲਿਆ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿ ਰਿਹਾ ਕਿ ਦੇਸ਼ ਦੇ ਲੋਕਾਂ ਨਾਲ ਜੁਮਲਿਆਂ ਦੀ ਤਰਜ਼ ਦੇ ਉੱਤੇ ਖਿਲਵਾੜ ਹੋ ਰਿਹਾ, ਦੇਸ਼ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ, ਕਮਲੇ ਕੀਤਾ ਜਾ ਰਿਹਾ, ਭਾਵੇਂ ਉਹ ਗਮਲਿਆਂ ਵਾਲੀ ਸਰਕਾਰ ਹੈ ਅਤੇ ਭਾਵੇਂ ਉਹ ਕਮਲਿਆਂ ਵਾਲੀ ਸਰਕਾਰ ਹੈ। ਅਜਿਹਾ ਕਿਉਂ ਪੰਜਾਬ ਮੰਗਦਾ ਹੈ ਜਵਾਬ? ਅਤੇ ਤੁਸੀਂ ਇਹ ਵੀ ਦੱਸ ਦਿਓ, ਤੁਹਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ 43 ਲੱਖ ਵੋਟਰ ਜਿਹੜੇ ਨੇ ਪ੍ਰਵਾਸੀ ਨੇ, ਉਹਨਾਂ ਨੂੰ ਅਜੇ ਤੱਕ ਕਿਉਂ ਨਹੀਂ ਕੱਢਿਆ ਅਤੇ ਕਿਉਂ ਨਹੀਂ ਕੱਟਿਆ? ਉਹਨਾਂ ਉੱਤੇ FIR ਦਰਜ ਹੋਵੇ ਜਿਨ੍ਹਾਂ ਅਫਸਰਾਂ ਨੇ ਜਾਂ ਜਿਨ੍ਹਾਂ ਲੋਕਾਂ ਨੇ ਮਿਲੀ ਭੁਗਤ ਕਰਕੇ ਇਹਨਾਂ ਨੂੰ ਆਧਾਰ ਕਾਰਡ ਦਿੱਤੇ। ਇਹਨਾਂ ਨੂੰ ਆਧਾਰ ਕਾਰਡ ਦਾ ਮਿਲਣ ਦਾ ਮਤਲਬ ਸਮਝਦੇ ਹੋ ਕੀ ਹੈ? ਪੰਜਾਬ ਦੀ PR, ਜੇ ਪੰਜਾਬ ਦੀ PR ਦਿੱਤੀ ਹੈ ਇਹਨਾਂ ਨੂੰ, ਤਾਂ ਫਿਰ ਭਗਵੰਤ ਮਾਨ ਜੀ ਤੁਸੀਂ ਪੰਜਾਬ ਦੀ ਤਰਜਮਾਨੀ ਕਿਵੇਂ ਅਤੇ ਕਿਸ ਹਿਸਾਬ ਨਾਲ ਕਰ ਰਹੇ ਹੋ? ਕੀ ਤੁਸੀਂ ਕੇਜਰੀਵਾਲ ਜੀ ਦੇ ਹੱਥਾਂ 'ਚ ਖੇਡ ਰਹੇ ਹੋ? ਕੀ ਤੁਹਾਡੇ 92 MLA ਮੈਜੋਰਿਟੀ ਦੀ ਸਰਕਾਰ ਕੋਈ ਵੀ ਨਾ ਕਰ ਸਕੀ ਸਪਨਾ ਸਰਕਾਰ ਪੰਜਾਬੀਆਂ ਦਾ? ਕਿਸ ਵਜ੍ਹਾ ਕਰਕੇ, ਕਾਹਦੇ ਲਈ? ਜਿਹੜਾ ਇਸ ਚੀਜ਼ ਦਾ ਦੇ ਦਿਓ ਜਵਾਬ। ਗੱਲਾਂ ਇੰਨੀਆਂ ਕੁ ਦੇ ਨਾਲ ਲੱਤ ਹੈ ਤੁਹਾਡਾ ਹਿਸਾਬ, ਅਤੇ ਇਸ ਵੀਡੀਓ ਨੂੰ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ, ਕਿਉਂਕਿ ਭਗਵੰਤ ਮਾਨ ਜੀ ਸਲਾਹ ਮੰਗਦੇ ਹੁੰਦੇ ਨੇ, ਉਹਨਾਂ ਨੂੰ ਮੈਂ ਇਤਲਾਹ ਪਹਿਲੇ ਦਿੱਤੀ ਹੈ, ਸਲਾਹ ਬਾਅਦ ਹੀ ਦਿੱਤੀ ਹੈ, ਅਤੇ ਪੰਜਾਬ ਦੇ ਲੋਕਾਂ ਲਈ ਕੀ ਕੀਤਾ ਇਹ ਦਿਓ ਤੁਸੀਂ ਦੱਸ। ਸਿਰਫ਼ ਅਤੇ ਸਿਰਫ਼ ਜੇ ਤੁਸੀਂ ਪੰਜਾਬ ਦੀ ਤਰਜਮਾਨੀ ਕਰਦੇ ਹੋ, ਤਾਂ ਇਹਦੇ ਵਿੱਚ ਅਕਾਲੀ ਦਲ ਵੀ ਓਨਾ ਹੀ ਜ਼ਿੰਮੇਵਾਰ ਹੈ ਜਿਹਨੇ ਇਹਨਾਂ ਮੁੱਦਿਆਂ 'ਤੇ ਆਵਾਜ਼ ਨਹੀਂ ਉਠਾਈ, ਅਤੇ BJP ਵੀ ਓਨੀ ਹੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਸ ਮੁੱਦੇ 'ਤੇ ਆਵਾਜ਼ ਨਹੀਂ ਉਠਾਈ, ਅਤੇ ਆਮ ਆਦਮੀ ਪਾਰਟੀ ਤਾਂ ਹੈ ਹੀ ਦੋਸ਼ੀ, ਕਿਉਂਕਿ ਇਹ ਸਾਰਾ ਕੁਝ ਉਹਨਾਂ ਦੇ ਹੱਥ 'ਚ ਹੈ, ਉਹਨਾਂ ਨੇ ਇਹਦੇ ਉੱਤੇ ਕੋਈ ਕਾਰਵਾਈ ਜਾਂ ਕਾਰਗੁਜ਼ਾਰੀ ਨਹੀਂ ਪਾਈ। ਕਿਸ ਵਜ੍ਹਾ ਕਰਕੇ? ਇਹ ਗੱਲਾਂ ਜਿਹੜੀਆਂ
ਬੜੀਆਂ ਜ਼ਬਰਦਸਤ ਦੂਰਰਸ ਨਤੀਜੇ ਲਿਆਉਣਗੀਆਂ ਅਤੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦਾ ਨਾਮ ਉਸੇ ਤਰ੍ਹਾਂ ਲਿਖਿਆ ਜਾਏਗਾ ਜਿਵੇਂ ਜੰਗ ਸਿੰਘਾਂ ਦੇ ਫਰੰਗੀਆਂ ਦੀ ਜਿਹੜੀ ਹੋਈ ਸੀ ਉਹਦੇ ਵਿੱਚ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਹਦੀ ਗੈਰਸਾ ਲਈ, ਉਹ ਤਾਂ ਪੁੱਜ ਕੇ ਜੱਟ ਨੂੰ ਲਾਏ ਵੱਲਿਆ ਗੱਲ ਜਾਏ ਤਾਂ ਸੀ ਸਾਰੀ ਭੇਤ ਵਾਲੀ। ਲਾਟ ਸਾਹਿਬ ਨੂੰ ਮਿਲ ਗਿਆ ਸੀ ਜਾ ਕੇ, ਭੇਤ ਵਾਲੀ ਗੱਲ ਵੀ ਦੱਸ ਦਿੱਤੀ ਸੀ ਵੀ ਅਸੀਂ ਤਾਂ ਜਨਾਬ ਵਿਰੋਧੀ ਜਗ੍ਹਾ 'ਤੇ ਸਰੋਂ ਦੀਆਂ ਬੋਰੀਆਂ ਭੇਜ ਦਿੱਤੀਆਂ ਅਤੇ ਸਿੱਖ ਫੌਜ ਨੇ ਕਿਹਦੇ ਨਾਲ ਲੜਨਾ, ਲੇਕਿਨ ਸਿੱਖ ਫੌਜ ਦੀ ਬਹਾਦਰੀ ਅਤੇ ਜ਼ਿੰਮੇਵਾਰੀ ਨਿਭਾਈ ਕਿੰਨੇ ਜਰਨੈਲਾਂ ਨੇ, ਸਮੇਂ ਦੀ ਫੌਜ ਨੇ, ਅਤੇ ਉਸ ਨੂੰ ਅੰਕਿਤ ਕੀਤਾ ਜੰਗ ਸਿੰਘਾਂ ਅਤੇ ਫਰੰਗੀਆਂ ਦੇ ਵਿੱਚ ਸ਼ਾਹ ਮੁਹੰਮਦ ਅਤੇ ਸ਼ਾਹ ਖਾਸ ਨੇ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਸੇ ਹੀ ਫੌਜਾਂ ਪਾਰੀਆਂ ਨੇ, ਅੱਜ ਹੋਵੇ ਸਰਕਾਰ ਅਤੇ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਗਦਾਰਾਂ ਦੀ ਲਿਸਟ ਵਿੱਚ ਗਦਾਰ ਅੱਜ ਵੀ ਜਿਉਂਦੇ ਨੇ ਅਤੇ ਰਾਜ ਕਰ ਰਹੇ ਨੇ। ਧਿਆਨ ਸਿੰਘ ਡੋਗਰਿਆਂ ਦੀ ਕੋਈ ਕਮੀ ਨਹੀਂ, ਤੁਹਾਨੂੰ ਸਾਫ਼ ਅਤੇ ਸਪੱਸ਼ਟ ਤੌਰ 'ਤੇ ਪ੍ਰਮਾਣ ਨਜ਼ਰ ਆ ਰਹੇ ਨੇ ਕੈਂਡੀਡੇਚਰ ਕਿਹਦੀ ਕਿਹਦੀ ਹੋਈ ਹੈ, ਕਿਵੇਂ ਕਿਵੇਂ ਅੱਗੇ ਵੀ ਗੱਲਾਂ ਕੀਤੀਆਂ, ਵਿਚਾਰਾਂ ਕੀਤੀਆਂ ਤੁਹਾਡੇ ਨਾਲ ਅਤੇ ਹੁਣ ਵੀ ਇਕਰਾਰਾਂ ਕੀਤੀਆਂ ਤੁਹਾਡੇ ਨਾਲ। ਜਰਾ ਸੋਚ ਲਿਓ, ਸਮਝ ਲਿਓ, ਵਿਚਾਰ ਲਿਓ, ਪੰਜਾਬ ਦੇ ਕਾਤਲ ਕੌਣ ਅਤੇ ਇਹਦਾ ਜਵਾਬ ਦੇਵੇਗਾ ਕੌਣ? ਗੱਲਾਂ ਇੰਨੀਆਂ ਕੁ ਦੇ ਨਾਲ ਦੇਸ਼ ਅਤੇ ਦੇਸ਼ ਪੰਜਾਬ ਦੇ ਗੱਲ ਕਰ ਦਿੱਤੀ ਹੈ, ਪੰਜਾਬੀਅਤ ਦੀ ਗੱਲ ਕਰ ਦਿੱਤੀ ਹੈ, ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰ ਦਿੱਤੀ ਹੈ, ਅਤੇ ਭਗਵੰਤ ਮਾਨ ਜੀ ਨੂੰ ਇਤਲਾਹ ਵੀ ਦੇ ਦਿੱਤੀ ਹੈ ਅਤੇ ਸਲਾਹ ਵੀ ਦੇ ਦਿੱਤੀ ਹੈ ਵੀ ਤੁਸੀਂ ਕੀ ਕਰਨਾ, ਜਰਾ ਇਹ ਦੇਖ ਲਓ ਅਤੇ ਦੱਸ ਦਿਓ। ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ। ਗੱਲਾਂ ਇੰਨੀਆਂ ਕੁ ਇਹ ਸਰਕਾਰ ਦੇ ਅਤੇ 92 MLA ਆਮ ਆਦਮੀ ਪਾਰਟੀ ਦੇ ਅਤੇ ਓਪੋਜੀਸ਼ਨ ਪਾਰਟੀ ਦੇ ਜਿਹੜੇ ਬਾਕੀ ਰਹਿ ਗਏ 117 ਬੰਦੇ ਨੇ, ਉਹਨਾਂ ਸਾਰਿਆਂ ਦੇ ਕੋਲ ਇਹ ਵੀਡੀਓ ਪਹੁੰਚਾਉਣ ਲਈ ਤੁਸੀਂ ਮੇਰੀ ਇਸ ਛੋਟੀ ਜਿਹੀ ਨਿਮਾਨੀ ਕੋਸ਼ਿਸ਼ ਨੂੰ ਇੱਕ ਵੱਡਾ ਅਥਾਹ ਠਾਠਾ ਮਾਰਦਾ ਸਮੁੰਦਰ ਬਣਾ ਦੇਣਾ। ਬਸ ਇੰਨੀਆਂ ਕੋਈ ਗੱਲਾਂ।